ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸਿੰਘ ਜੀ, ਆਪ ਸੰਗਤਾਂ ਨੂੰ ਭਲੀ ਭਾਂਤ ਪਤਾ ਹੀ ਹੈ ਕਿ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੜੇ ਲੰਮੇ ਸਮੇਂ ਤੋਂ 2 ਦਸੰਬਰ ਤੋਂ ਲੈ ਕੇ ਇੱਥੇ ਮੈਡੀਕਲ ਕੈਂਪ, ਗੁਰੂ ਕੇ ਲੰਗਰ, ਰਿਹਾਇਸ਼ ਦੇ ਪ੍ਰਬੰਧ ਜੋ ਕੀਤੇ ਗਏ ਹੈ, ਜੋ ਕਿਸਾਨ ਮੋਰਚਾ ਹੈ, ਕਿਸਾਨ ਜਥੇਬੰਦੀਆਂ ਹੈ, ਉਹਨਾਂ ਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੀ ਜਥੇਬੰਦੀ ਕਿਸਾਨ ਬਚਾਓ ਮੋਰਚਾ ਆਰੰਭ ਤੋਂ ਲੈ ਕੇ ਹੀ ਬੜੀ ਗੰਭੀਰਤਾ ਦੇ ਨਾਲ ਸੇਵਾ ਨਿਭਾ ਰਹੀ ਹੈ। ਜਿੰਨੀਆਂ ਵੀ ਗੌਰਮੈਂਟ ਨਾਲ ਮੀਟਿੰਗਾਂ ਹੁੰਦੀਆਂ ਹੈ, ਇੰਟਰਨੈਸ਼ਨਲ ਪੰਥਕ ਦਲ ਦਾ ਜੋ ਕਿਸਾਨ ਬਚਾਓ ਮੋਰਚਾ, ਭਾਈ ਕਿਰਪਾ ਸਿੰਘ ਜੀ ਜੋ ਪ੍ਰਧਾਨ ਨੇ ਕਿਸਾਨ ਬਚਾਓ ਮੋਰਚਾ ਦੇ, ਉਹ ਮੀਟਿੰਗਾਂ ਜਾਂਦੇ ਰਹਿੰਦੇ, ਰੋਜ਼ ਦਾ ਹਵਾਲਾ ਦੱਸਦੇ ਰਹਿੰਦੇ ਆ। ਸੋ ਨੇਤਾ ਭਰਤੀ ਦਿਨ ਰਾਤ ਜੋ ਦਵਾਈਆਂ ਦੀ ਸੇਵਾ ਚੱਲ ਰਹੀ ਹੈ, ਡਾਕਟਰ ਲਗਾਤਾਰ ਆ ਕੇ ਸੇਵਾਵਾਂ ਵਿੱਚ ਲੱਗੇ ਰਹਿੰਦੇ ਹਨ। ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਮੇਂ ਸਮੇਂ ਆ ਕੇ ਡਾਕਟਰ ਸੇਵਾ ਕਰਦੇ ਹਨ। ਕਈ ਵਾਰੀ ਬੀਬੀਆਂ ਨਰਸਾਂ ਵੀ ਆਉਂਦੀਆਂ ਹਨ। ਸੋ ਇਹਦੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਦਵਾਈਆਂ ਦੀ ਵੀ ਬੜੀ ਵੱਡੀ ਪੱਧਰ 'ਤੇ ਫਰੀ ਸੇਵਾ ਕੀਤੀ ਗਈ ਹੈ। ਇਸੇ ਤਰ੍ਹਾਂ ਡਿਵਾਈਨ ਓਮਕਾਰ ਮਿਸ਼ਨ ਸੁਸਾਇਟੀ ਵੱਲੋਂ ਜੋ ਬਰਬਰਹਟਨ UK ਵੱਲੋਂ ਪਹਿਲਾਂ ਵੀ ਸੰਗਤਾਂ ਨੇ ਵੱਡੀ ਤਾਦਾਦ ਦੇ ਵਿੱਚ ਦਵਾਈਆਂ ਭੇਜੀਆਂ, ਕਈ ਦਿਨ ਸੰਗਤਾਂ ਉਹਦਾ ਲਾਭ ਲੈਂਦੀਆਂ ਰਹੀਆਂ। ਦੁਬਾਰਾ ਬੇਨਤੀ ਕੀਤੀ ਗਈ ਸੀ ਜਦੋਂ ਹੋਰ ਦਵਾਈਆਂ ਦੀ ਲੋੜ ਪਈ, ਉਹਨਾਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਵੀ ਦਵਾਈਆਂ ਦੀ ਲੋੜ ਹੋਵੇ ਤਾਂ ਸਾਨੂੰ ਦੱਸਿਓ, ਅਸੀਂ ਤੁਹਾਡੇ ਹੋਰ ਸੇਵਾ ਦੇ ਵਿੱਚ ਤਤਪਰ ਰਵਾਂਗੇ। ਸੋ ਪਰਸੋਂ ਸਿੰਘ ਆਏ, ਉਹਨਾਂ ਦੇ ਵਲੰਟੀਅਰ ਆਏ, ਵੇਖ ਕੇ ਗਏ, ਬੜੇ ਪ੍ਰਸੰਨ ਹੋਏ ਕਿ ਬਹੁਤ ਵੱਡੀ ਪੱਧਰ 'ਤੇ ਜੋ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਸਾਨੂੰ ਦਵਾਈਆਂ ਭੇਜ ਕੇ ਬੜੀ ਪ੍ਰਸੰਨਤਾ ਹੋਈ ਹੈ। ਸੋ ਡਿਵਾਈਨ ਮਿਸ਼ਨ ਓਮਕਾਰ ਮਿਸ਼ਨ ਵੱਲੋਂ ਜੋ ਹੁਣ ਵੀ ਦਵਾਈਆਂ ਭੇਜੀਆਂ ਗਈਆਂ, ਹੁਣ ਫਿਰ ਵਿਚਾਰੇ ਕਹਿ ਕੇ ਗਏ ਨੇ ਕਿ ਜੇ ਹੋਰ ਵੀ ਲੋੜ ਹੋਵੇ ਤਾਂ ਸਾਨੂੰ ਦੱਸਿਓ, ਤਾਂ ਕਿ ਅਸੀਂ ਹੋਰ ਵੀ ਤੁਹਾਨੂੰ ਵੱਡੀ ਪੱਧਰ 'ਤੇ ਦਵਾਈਆਂ ਦੀ ਸੇਵਾ ਕਰਾਂਗੇ। ਦਸ ਦੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜਿਹੜੀਆਂ ਇਹੋ ਜਿਹੇ ਚੈਰਿਟੀ ਸਿਸਟਮ ਹਨ, ਉਹਨਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ। ਜੋ ਵੱਖ ਵੱਖ ਥਾਵਾਂ 'ਤੇ ਕੈਂਪ ਲਾਉਂਦੇ ਹਨ, ਹੋਰ ਗਰੀਬਾਂ ਦੀ ਮਦਦ ਕਰਦੇ ਹਨ, ਵੱਡੇ ਵੱਡੇ ਹੋਸਪਿਟਲ ਜਾਂ ਸਕੂਲ ਚਲਾਉਂਦੇ ਹਨ, ਦਾਸ ਨੂੰ ਪਤਾ ਲੱਗਾ ਹੈ ਕਿ ਇਵੇਂ ਹੀ ਜਿਹੜਾ ਡਿਵਾਈਨ ਓਮਕਾਰ ਮਿਸ਼ਨ ਸੁਸਾਇਟੀ ਚੈਰਿਟੀ ਹੈ, ਉਹ ਵੱਡੀ ਪੱਧਰ 'ਤੇ ਸੇਵਾ ਨਿਭਾਉਂਦੀ ਹੈ। ਸੋ ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ, ਜਿਵੇਂ ਉਹ ਅੱਜ ਇਸ ਘੜੀ ਦੇ ਵਿੱਚ ਸਾਡੇ ਨਾਲ ਖੜ੍ਹੇ ਹਨ, ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਨ। ਤੁਹਾਨੂੰ ਪਤਾ ਕਿ ਦਿਨ ਰਾਤ ਦੀ ਸੇਵਾ ਵਿੱਚ ਕਿੰਨੀ ਵੱਡੀ ਮਾਤਰਾ ਦੇ ਵਿੱਚ ਦਵਾਈਆਂ ਲੱਗਦੀਆਂ ਹੈ ਅਤੇ ਸੰਗਤਾਂ ਉਹਦੇ ਵਿੱਚ ਡੜੀਆਂ ਹੋਈਆਂ ਹਨ। ਸੋ ਇਸ ਕਰਕੇ ਜਿੱਥੇ ਲੰਗਰ ਦੀ ਸੇਵਾ ਅਤੇ ਨਾਲ ਕੈਂਪ ਦੀ ਸੇਵਾ, ਇੰਟਰਨੈਸ਼ਨਲ ਪੰਥਕ ਦਲ ਦੇ ਜ਼ਿਲ੍ਹਾ ਇਕਾਈਆਂ ਵਾਰ ਵਾਰ ਆ ਕੇ ਵਾਰੀ ਵਾਰੀ ਸੇਵਾ ਕਰਦੀਆਂ ਹਨ। ਸੋ ਦਾਸ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਅਤੇ ਦੇਸ਼ ਵਿਦੇਸ਼ ਦੇ ਵਿੱਚ ਇੰਗਲੈਂਡ, ਇਟਲੀ, ਹੋਰ ਕਈ ਥਾਵਾਂ 'ਤੇ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦੀਆਂ ਇਕਾਈਆਂ ਸਥਾਪਿਤ ਹਨ, ਸਾਰੇ ਗੁਰਮੁਖ ਪਿਆਰੇ ਅਹੁਦੇਦਾਰ ਬੜੀ ਵੱਡੀ ਪੱਧਰ 'ਤੇ ਲੱਕ ਬੰਨ ਕੇ ਸੇਵਾ ਕਰ ਰਹੇ ਹਨ, ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸੋ ਅੰਤ ਵਿੱਚ ਦਾਸ ਫਿਰ ਡਿਵਾਈਨ ਮਿਸ਼ਨ ਸੁਸਾਇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹੈ ਅਤੇ ਨਾਲ ਹੀ ਓਵਲਹਿਟਨ ਗੁਰਦੁਆਰਾ, ਉਹ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਇਸ ਸੇਵਾ ਦੇ ਵਿੱਚ ਹਿੱਸਾ ਪਾਉਣ ਲਈ ਉਦਮ ਕੀਤਾ, ਉਪਰਾਲਾ ਕੀਤਾ ਹੈ, ਕਿਉਂਕਿ ਸਾਰੇ ਹੀ ਦੁਨੀਆ ਦੇ ਵਿੱਚ ਜਿੱਥੇ ਸਿੱਖ ਵਸਿਆ ਹੈ ਉਹਨਾਂ ਦੀ ਨਿਗਾਹ ਅੱਜ ਇੱਥੇ ਲੱਗੀ ਹੋਈ ਹੈ ਕਿ ਦਿੱਲੀ ਦੇ 4 ਸਪੇਰੇ ਬਾਰਡਰਾਂ 'ਤੇ ਜੋ ਸੰਗਤਾਂ ਖੜ੍ਹੀਆਂ ਹੈ, ਸੰਗਤਾਂ ਡਟੀਆਂ ਹੋਈਆਂ ਹਨ, ਮੋਰਚੇ ਸਾਂਭੇ ਹੋਏ ਹਨ, ਉਹਨਾਂ ਦੀ ਅਸੀਂ ਜਿੰਨੀ ਵੀ ਸੇਵਾ ਜਿਸ ਵੀ ਢੰਗ ਦੇ ਨਾਲ ਯੋਗਦਾਨ ਪਾ ਸਕੀਏ ਉਹ ਸੰਗਤਾਂ ਪਾ ਰਹੀਆਂ। ਇਹਦੇ ਇਸੇ ਤਰ੍ਹਾਂ ਹੀ ਜੋ ਡਿਵਾਈਨ ਓਮਕਾਰ ਮਿਸ਼ਨ ਚੈਰਿਟੀ ਵੁਲਵਰ ਪੈਂਟਰ ਵੱਲੋਂ ਕੀਤੀ ਗਈ ਸੇਵਾ ਦਾ ਅਸੀਂ ਧੰਨਵਾਦ ਕਰਦੇ ਹਾਂ ਸੰਗਤਾਂ ਦਾ। ਹੋਰ ਵੀ ਸੰਗਤਾਂ ਨੂੰ ਬੇਨਤੀ ਕਿ ਵੱਧ ਚੜ੍ਹ ਕੇ ਸੰਗਤਾਂ ਸਾਨੂੰ ਸਹਿਯੋਗ ਦੇਣ, ਸੁਝਾਅ ਦੇਣ ਅਤੇ ਆਪੋ ਆਪਣੇ ਜਿੰਨੇ ਵੀ ਇਲਾਕਿਆਂ ਵਿੱਚ ਸੰਗਤਾਂ ਇੱਥੇ ਪੰਜਾਬ ਵਿੱਚ ਵੱਸਦੀਆਂ ਹੈ ਉਹਨਾਂ ਨੂੰ ਵੀ ਕਹਿਣ ਕਿ ਵੱਡੀ ਪੱਧਰ 'ਤੇ ਸਾਨੂੰ ਸੇਵਾ ਵਿੱਚ ਡਟੇ ਰਹਿਣਾ ਚਾਹੀਦਾ ਹੈ। ਬਹੁਤ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।